ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ। ਦੋਸਤੋ, ਅੱਜ ਦਾ ਜੋ ਸਾਡਾ ਵਿਸ਼ਾ ਹੈ, ਕੁੰਡਲੀਨੀ ਖੋਜ, ਜੜ ਚੱਕਰ ਤੋਂ ਸ਼ਾਸਤਰਾਂ ਦਾ ਮਿਲਣ। ਦੋਸਤੋ, ਇਹ ਜੋ ਕਨਸੈਪਟ ਹੈ, ਇਹ ਜੋ ਵਿਸ਼ਾ ਹੈ, ਜੜ ਚੱਕਰ ਕੀ ਹੈ ਅਤੇ ਸ਼ਾਸਤਰ ਕੀ ਹੈ। ਜੜ ਚੱਕਰ ਨੂੰ ਸ਼ਕਤੀ ਕਿਹਾ ਜਾਂਦਾ ਹੈ ਅਤੇ ਸ਼ਿਵ ਸ਼ਾਸਤਰਾਂ ਨੂੰ ਕਿਹਾ ਜਾਂਦਾ ਹੈ। ਪੁਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਮਾਂ ਸਤੀ ਹੋ ਜਾਂਦੇ ਹਨ, ਆਪਣੇ ਆਪ ਨੂੰ ਤਿਆਗ ਦਿੰਦੇ ਹਨ, ਉਸ ਤੋਂ ਬਾਅਦ ਭਗਵਾਨ ਸ਼ਿਵ ਵੈਰਾਗੀ ਹੋ ਜਾਂਦੇ ਹਨ ਅਤੇ ਗਹਿਣ ਸਮਾਧੀ ਦੇ ਵਿੱਚ ਚਲੇ ਜਾਂਦੇ ਹਨ ਅਤੇ ਕਈ ਹਜ਼ਾਰਾਂ ਸਾਲ ਤੱਕ ਉਸ ਸਮਾਧੀ ਦੇ ਵਿੱਚ ਵਲੀਨ ਰਹਿੰਦੇ ਹਨ। ਉਸ ਤੋਂ ਬਾਅਦ ਮਾਂ ਪਾਰਵਤੀ ਦਾ ਜਨਮ ਹੁੰਦਾ ਹੈ ਅਤੇ ਉਹਨਾਂ ਨੇ ਸਦਾ ਸ਼ਿਵ ਦੀ ਪ੍ਰਾਪਤੀ ਦੇ ਲਈ ਕਈ ਹਜ਼ਾਰਾਂ ਸਾਲ ਤੱਕ ਤਪ ਕੀਤਾ, ਸਦਾ ਸ਼ਿਵ ਨੂੰ ਪਾਉਣ ਦੇ ਲਈ, ਸ਼ਿਵ ਨੂੰ ਪਾਉਣ ਦੇ ਲਈ। ਅਤੇ ਸ਼ਿਵ ਸਹਸਰਾ ਹੈ, ਬ੍ਰਹਮ ਹੈ, ਸਭ ਤੋਂ ਉੱਚਮ ਹੈ, ਉੱਚਾ ਹੈ, ਅਤੇ ਮਾਂ ਪਾਰਵਤੀ ਸ਼ਕਤੀ ਜੜ ਹੈ, ਜਿੱਥੋਂ ਸੰਸਾਰ ਦੀ ਸ਼ੁਰੂਆਤ ਹੁੰਦੀ ਹੈ, ਪ੍ਰਕਿਰਤੀ ਹੈ, ਕੁਦਰਤ ਹੈ, ਜਿੱਥੋਂ ਸੰਸਾਰ ਦੀ ਉਤਪੱਤੀ ਹੁੰਦੀ ਹੈ। ਜੜ ਚੱਕਰ ਸੰਸਾਰ ਦੀ ਉਤਪੱਤੀ ਦੇ ਨਾਲ ਜੁੜਿਆ ਹੋਇਆ ਹੈ, ਸੰਸਾਰ ਦੇ ਢਾਂਚੇ ਦੇ ਨਾਲ ਜੁੜਿਆ ਹੋਇਆ ਹੈ। ਇਹੀ ਜੜ ਚੱਕਰ ਤੋਂ ਹੀ ਸਾਡੇ ਜੀਵਨ ਦਾ ਸਾਰਾ ਸੰਚਾਰ ਚੱਲਦਾ ਹੈ। ਜੜ ਤੋਂ ਭਾਵ ਹੁੰਦਾ ਨੀਮ। ਜੋ ਇਨਸਾਨ ਕੁਦਰਤ ਦੇ ਨਾਲੋਂ ਟੁੱਟਿਆ ਹੋਇਆ ਹੈ, ਪ੍ਰਕਿਰਤੀ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹ ਸ਼ਿਵ ਦਾ ਮਿਲਣ ਕਿਵੇਂ ਕਰਵਾ ਦੇਵੇਗਾ, ਸ਼ਿਵ ਦਾ ਸ਼ਕਤੀ ਨਾਲ ਮਿਲਣ ਕਿਵੇਂ ਹੋ ਜਾਵੇਗਾ, ਕਹਿਣ ਤੋਂ ਭਾਵ ਕੁੰਡਲੀਨੀ ਸ਼ਕਤੀ ਦਾ ਸਹਸਰਾ ਤਿਕਰਵਾਸ ਕਿਵੇਂ ਹੋ ਜਾਵੇਗਾ। ਜੇਕਰ ਅਸੀਂ ਕਹੀਏ ਕਿ ਅਸੀਂ ਸੰਸਾਰ ਦੇ ਝਮੇਲਿਆਂ ਦੇ ਵਿੱਚ ਉਲਝ ਕੇ ਅਸੀਂ ਕੋਈ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਬਦਲੀਏ ਵੀ ਨਾ, ਪਰ ਸਾਨੂੰ ਸਹਸਰਾ ਤੱਕ ਦੀ ਪ੍ਰਾਪਤੀ ਵੀ ਹੋ ਜਾਏ, ਮਤਲਬ ਕਿ ਬ੍ਰਹਮ ਦੀ ਪ੍ਰਾਪਤੀ ਵੀ ਹੋ ਜਾਏ, ਸ਼ਿਵ ਦੀ ਪ੍ਰਾਪਤੀ ਵੀ ਹੋ ਜਾਵੇ, ਤਾਂ ਇੰਜ ਨਹੀਂ ਹੋਵੇਗਾ, ਕਿਉਂਕਿ ਇਹ ਕੁੰਡਲੀਨੀ ਸ਼ਕਤੀ ਦਾ ਇੱਕ ਸਿਧਾਂਤ ਹੈ, ਸਿਸਟਮ ਹੈ। ਜੜ ਚੱਕਰ ਨੂੰ ਐਕਟਿਵ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਦਿਮਾਗ ਦੇ ਵਿੱਚੋਂ ਸੰਸਾਰ ਦੀਆਂ ਵਾਸਨਾਵਾਂ, ਯਾਨੀ ਕਿ ਸੰਸਾਰ ਦੇ ਪ੍ਰਤੀ ਜੋ ਸਾਡੀਆਂ ਵਾਸਨਾਵਾਂ ਹਨ, ਉਹਨਾਂ ਨੂੰ ਸਮਝਣਾ ਪਵੇਗਾ, ਛੱਡਣਾ ਨਹੀਂ, ਸਮਝਣਾ। ਜਦੋਂ ਤੱਕ ਉਹਨਾਂ ਨੂੰ ਅਸੀਂ ਸਮਝੋਗੇ ਨਹੀਂ, ਉਹਨਾਂ ਚਿਰ ਅਸੀਂ ਉਹਨਾਂ ਨੂੰ ਛੱਡ ਨਹੀਂ ਪਾਵਾਂਗੇ। ਸਭ ਤੋਂ ਪਹਿਲੀ ਗੱਲ, ਕੁੰਡਲੀਨੀ ਸ਼ਕਤੀ ਦਾ ਜਿਹੜਾ ਮੇਨ ਕਨਸੈਪਟ ਹੈ, ਇਹ ਤੰਤਰ ਵਿੱਦਿਆ ਹੈ। ਭੈਰਵੀ ਵਿਗਿਆਨ ਤੰਤਰ ਦੇ ਵਿੱਚ ਦੱਸਿਆ ਗਿਆ ਹੈ, ਜੋੜੇ ਤੋਂ ਬਗੈਰ ਕੁੰਡਲੀਨੀ ਸ਼ਕਤੀ ਪ੍ਰੋਪਰ ਤੌਰ 'ਤੇ ਐਕਟਿਵ ਨਹੀਂ ਹੋ ਸਕਦੀ। ਕੁੰਡਲੀਨੀ ਚੱਕਰ ਬੈਲੈਂਸ ਹੋ ਸਕਦੇ ਨੇ ਜੋੜੇ ਤੋਂ ਬਗੈਰ, ਜੇਕਰ ਤੁਸੀਂ ਵਿਆਹੇ ਨਹੀਂ ਹੋ ਤਾਂ ਜੋੜੇ ਤੋਂ ਬਗੈਰ ਤੁਹਾਡੇ ਚੱਕਰ ਬੈਲੈਂਸ ਹੋ ਜਾਣਗੇ, ਪਰ ਕੁੰਡਲੀਨੀ ਸ਼ਕਤੀ ਐਕਟਿਵ ਨਹੀਂ ਹੋ ਸਕਦੀ, ਕਿਉਂਕਿ ਕੁੰਡਲੀਨੀ ਸ਼ਕਤੀ ਦਾ ਐਕਟਿਵ ਹੋਣ ਦੇ ਲਈ ਤੁਹਾਡਾ ਜੀਵਨ ਦੇ ਵਿੱਚ, ਤੁਹਾਡਾ ਗ੍ਰਹਿਸਥ ਜੀਵਨ ਦੇ ਵਿੱਚ ਪਤੀਵ੍ਰਤਾ ਜਾਂ ਪਤਨੀਵ੍ਰਤਾ ਹੋਣਾ ਜ਼ਰੂਰੀ ਹੈ, ਇੱਕ ਦੂਜੇ ਦਾ ਸਹਿਯੋਗ ਹੋਣਾ ਜ਼ਰੂਰੀ ਹੈ, ਦੋਨਾਂ ਜੀਆਂ ਦਾ, ਜੋੜੇ ਦਾ ਪਰਮਾਤਮਾ ਪ੍ਰਤੀ ਵਿਸ਼ਵਾਸ ਹੋਣਾ ਜ਼ਰੂਰੀ ਹੈ, ਕਿਉਂਕਿ ਮਾਂ ਭਗਵਤੀ ਸੰਸਾਰ ਦੇ ਨਾਲ ਜੁੜੀ ਹੈ, ਪ੍ਰਕਿਰਤੀ ਦੇ ਨਾਲ ਜੁੜੀ ਹੈ, ਸ਼ਿਵ ਬ੍ਰਹਮ ਦੇ ਨਾਲ ਜੁੜੇ ਹਨ, ਇਹ ਦੋਨਾਂ ਨੂੰ ਇਕੱਠਾ ਕਰਨਾ, ਸ਼ਿਵ ਅਤੇ ਸ਼ਕਤੀ ਨੂੰ ਇਕੱਠਾ ਕਰਨਾ। ਜੜ ਚੱਕਰ ਮਾਂ ਭਗਵਤੀ ਹੈ, ਸਹਸਰਾ ਸ਼ਿਵ ਹੈ, ਵਿਚਕਾਰਲਾ ਜੋ ਸਾਰਾ ਸਿਸਟਮ ਹੈ, ਵਿਚਕਾਰਲੇ ਜੋ ਚੱਕਰ ਹਨ, ਉਹ ਇਸ ਸੰਸਾਰ ਦੇ ਸਾਰੇ ਢਾਂਚੇ ਦੇ ਨਾਲ ਜੁੜੇ ਹੋਏ ਹਨ। ਅਸੀਂ
ਕੁੰਡਲੀਨੀ ਖੋਜ ਦੇ ਲਈ ਆਪਣੇ ਆਪ ਨੂੰ ਉਸ ਪਰਮ ਪਿਤਾ ਪਰਮੇਸ਼ਵਰ ਦੇ ਸਪੁਰਦ ਕਰਨਾ ਹੈ, ਉਸ ਖੋਜ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਹੈ। ਅਸੀਂ ਜਾਣਨਾ ਹੈ ਪਰਮ ਪਿਤਾ ਪਰਮੇਸ਼ਵਰ ਨੂੰ, ਪਹਿਲਾਂ ਜੜ ਨੂੰ ਸਵਾਰਨਾ ਹੈ, ਫਿਰ ਅਸੀਂ ਸਿਖਰ ਨੂੰ ਸਵਾਰਨਾ ਹੈ। ਸਿਖਰ ਤੱਕ ਪਹੁੰਚਣ ਦੇ ਲਈ ਸਾਡੀ ਜੜ ਮਜ਼ਬੂਤ ਹੋਣੀ ਜ਼ਰੂਰੀ ਹੈ। ਸਾਨੂੰ ਆਪਣੇ ਜੀਵਨ ਜਾਂਚ ਨੂੰ ਬਦਲਣਾ ਪਵੇਗਾ ਜੇਕਰ ਅਸੀਂ ਕੁੰਡਲੀ ਸ਼ਕਤੀ ਨੂੰ ਐਕਟਿਵ ਕਰਨਾ ਹੈ। ਜੜ ਚੱਕਰ ਨੂੰ ਐਕਟਿਵ ਕਰਨ ਦੇ ਲਈ ਸਾਨੂੰ ਆਪਣੇ ਆਪ ਨੂੰ ਕੁਦਰਤ ਦੇ ਨਾਲ ਜੋੜਨਾ ਹੋਵੇਗਾ। ਏਸੀਆਂ ਦੇ ਵਿੱਚ ਬੈਠ ਕੇ ਕਦੇ ਵੀ ਕੁਦਰਤ ਦੇ ਨਾਲ ਨਹੀਂ ਜੁੜਿਆ ਜਾ ਸਕਦਾ। ਅਸੀਂ ਘਰ ਵਿੱਚ ਦਰਖਤ ਲਗਾਉਣਾ ਨਹੀਂ ਚਾਹੁੰਦੇ, ਪਰ ਅਸੀਂ ਕਹਿੰਦੇ ਹਾਂ ਸਾਨੂੰ ਸ਼ਿਵ ਦੀ ਪ੍ਰਾਪਤੀ ਹੋ ਜਾਵੇ, ਸਾਨੂੰ ਸ਼ਕਤੀ ਦੀ ਪ੍ਰਾਪਤੀ ਹੋ ਜਾਵੇ। ਅਸੀਂ ਪੰਛੀਆਂ ਨੂੰ ਚੋਗ ਨਹੀਂ ਪਾਉਣਾ ਚਾਹੁੰਦੇ, ਅਸੀਂ ਜੀਵਾਂ ਨਾਲ ਪਿਆਰ ਨਹੀਂ ਪਾਉਣਾ ਚਾਹੁੰਦੇ, ਪਰ ਅਸੀਂ ਕਹਿੰਦੇ ਹਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਬ੍ਰਹਮ ਦੀ ਪ੍ਰਾਪਤੀ ਹੋ ਜਾਵੇ। ਫਿਰ ਸ਼ਿਵ ਦੀ ਪ੍ਰਾਪਤੀ ਕਿਵੇਂ ਹੋ ਜਾਵੇਗੀ, ਪਰਮਾਤਮਾ ਦੀ ਬ੍ਰਹਮ ਦੀ ਪ੍ਰਾਪਤੀ ਕਿਵੇਂ ਹੋ ਜਾਵੇਗੀ? ਕਿਉਂਕਿ ਜੜ ਮਜ਼ਬੂਤ ਕਰਨੀ ਹੈ ਤਾਂ ਦਇਆ ਭਾਵ ਪਿਆਰ ਹੋਣਾ ਜ਼ਰੂਰੀ ਆ। ਜੜ ਚੱਕਰ ਨੂੰ ਮਜ਼ਬੂਤ ਕਰਨ ਦੇ ਲਈ ਸਾਡੇ ਅੰਦਰੋਂ ਵਾਸਨਾਵਾਂ ਦਾ ਖਤਮ ਹੋਣਾ ਜ਼ਰੂਰੀ ਆ। ਉਹ ਵਾਸਨਾਵਾਂ ਕਿਹੜੀਆਂ ਹਨ? ਸੰਸਾਰ ਨਹੀਂ ਛੱਡਣਾ, ਸੰਸਾਰ ਦੇ ਵਿੱਚ ਰਹਿੰਦਿਆਂ ਗ੍ਰਹਿਸਥ ਧਰਮ ਦੀ ਪਾਲਣ ਕਰਦਿਆਂ ਹਰ ਰੋਜ਼ ਰੂਟੀਨ ਵਾਈਜ਼ ਧਿਆਨ ਕਰਨਾ, ਸਿਮਰਨ ਕਰਨਾ, ਆਪਣੀ ਊਰਜਾ ਦੇ ਲੈਵਲ ਨੂੰ ਉਤਾਂਹ ਲੈ ਕੇ ਆਉਣਾ, ਇਹ ਜੜ ਚੱਕਰ ਨੂੰ ਮਜ਼ਬੂਤ ਕਰੇਗਾ। ਜੜ ਤੋਂ ਸਵਾਧਿਸਥਾਨ ਚੱਕਰ ਮਜ਼ਬੂਤ ਹੋਵੇਗਾ, ਸਵਾਧਿਸਥਾਨ ਚੱਕਰ ਤੋਂ ਬਾਅਦ ਮਣੀਪੁਰਾ ਚੱਕਰ ਮਜ਼ਬੂਤ ਹੋਵੇਗਾ, ਮਣੀਪੁਰਾ ਚੱਕਰ ਤੋਂ ਬਾਅਦ ਅਨਹੰਤਾ ਚੱਕਰ ਮਜ਼ਬੂਤ ਹੋਵੇਗਾ, ਅਨਹੰਤਾ ਚੱਕਰ ਤੋਂ ਬਾਅਦ ਕੰਠ ਚੱਕਰ ਮਜ਼ਬੂਤ ਹੋਵੇਗਾ, ਕੰਠ ਚੱਕਰ ਤੋਂ ਬਾਅਦ ਤੀਸਰਾ ਨੇਤਰ ਚੱਕਰ ਮਜ਼ਬੂਤ ਹੋਵੇਗਾ, ਉਸ ਤੋਂ ਬਾਅਦ ਸਹਸਰਾ ਚੱਕਰ ਪਹੁੰਚਾਂਗੇ, ਸ਼ਿਵ ਦਾ ਸ਼ਕਤੀ ਨਾਲ ਮੇਲ ਹੋ ਜਾਵੇਗਾ। ਸਟੈਪ ਬਾਏ ਸਟੈਪ ਨਹੀਂ ਇਹ, ਪਹਿਲੇ ਦਿਨ ਤੁਹਾਡਾ ਜੜ ਵੀ ਨਹੀਂ ਮਜ਼ਬੂਤ ਹੋਵੇਗਾ। ਰੂਟ ਚੱਕਰਾ, ਜੜ ਚੱਕਰਾ, ਮੂਲਾਧਾਰ ਚੱਕਰ, ਜੜ ਚੱਕਰ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰੋ, ਧਿਆਨ ਕਰੋ, ਸਵਾਸ ਦੀ ਗਹਿਰਾਈ ਨੂੰ ਸਮਝੋ। ਜਦੋਂ ਤੱਕ ਤੁਹਾਡੇ ਸਵਾਸਾਂ ਦੀ ਸਥਿਰਤਾ ਨਹੀਂ ਬਣ ਜਾਂਦੀ, ਜਦੋਂ ਤੱਕ ਤੁਹਾਡੇ ਜੜ ਚੱਕਰ ਤੱਕ ਤੁਹਾਡਾ ਸਵਾਸ ਦੀ ਚੋਟ ਨਹੀਂ ਪੈਂਦੀ, ਤਦ ਤੱਕ ਤੁਸੀਂ ਸਵਾਧਿਸਥਾਨ ਤੱਕ ਨਹੀਂ ਪਹੁੰਚੋਗੇ। ਜਦ ਤੱਕ ਤੁਹਾਡਾ ਸਵਾਧਿਸਥਾਨ ਚੱਕਰ ਮਜ਼ਬੂਤ ਨਹੀਂ ਹੁੰਦਾ, ਤਦ ਤੱਕ ਤੁਸੀਂ ਮਣੀਪੁਰਾ ਚੱਕਰ ਤੱਕ ਨਹੀਂ ਪਹੁੰਚੋਗੇ। ਜਦ ਤੱਕ ਤੁਹਾਡਾ ਮਣੀਪੁਰਾ ਚੱਕਰ ਆਪਦੇ ਲਈ ਆਪ ਦੇ ਵਿੱਚ ਪੂਰਾ ਚੱਕਰ ਵਾਈ ਚੱਕਰ ਨੂੰ ਕੰਪਲੀਟ ਨਹੀਂ ਕਰਦਾ, ਊਰਜਾ ਨੂੰ ਪ੍ਰਾਪਤ ਨਹੀਂ ਕਰਦਾ, ਤੁਸੀਂ ਅਨਹੰਤਾ ਚੱਕਰ ਤੱਕ ਨਹੀਂ ਪਹੁੰਚੋਗੇ। ਅਨਹੰਤਾ ਚੱਕਰ ਤੱਕ ਪਹੁੰਚਣ ਦੇ ਲਈ ਬਹੁਤ ਜ਼ਿਆਦਾ ਦਇਆਵਾਨ, ਪਿਆਰਵਾਨ ਹੋਣਾ ਚਾਹੀਦਾ, ਮੁਹੱਬਤ ਹੋਣੀ ਚਾਹੀਦੀ ਆ, ਸੰਸਾਰ ਦੇ ਪ੍ਰਤੀ ਇੱਕ ਕਰੁਣਾ ਹੋਣੀ ਚਾਹੀਦੀ ਆ, ਫਿਰ ਤੁਸੀਂ ਅਨਹੰਤਾ ਚੱਕਰ ਨੂੰ ਐਕਟਿਵ ਕਰ ਪਾਓਗੇ। ਸਭ ਤੋਂ ਜਿਹੜੀ ਮੇਨ ਜ਼ਰੂਰੀ ਗੱਲ ਆ ਇਸ ਸਾਧਨਾ ਦੇ ਵਿੱਚ, ਤੁਹਾਡੇ ਵਿੱਚ ਦਇਆ ਹੋਣੀ ਬਹੁਤ ਜ਼ਰੂਰੀ ਆ, ਚੁਗਲੀ ਨਿੰਦਿਆ ਤੁਸੀਂ ਮੁਕਤ ਹੋਣੇ ਜ਼ਰੂਰੀ ਆ, ਤੁਹਾਡੇ ਅੰਦਰ ਇੱਕ ਪਿਆਰ, ਸਦਭਾਵਨਾ, ਇੱਕ ਖੁਸ਼ੀ ਸਾਰਿਆਂ ਪ੍ਰਤੀ ਹੋਣੀ ਜ਼ਰੂਰੀ ਹੈ, ਦੁਆ ਹੋਣੀ ਜ਼ਰੂਰੀ ਹੈ ਤੁਹਾਡੇ ਦਿਲ ਦੇ ਵਿੱਚ। ਸ਼ਿਵ ਦਾ ਸ਼ਕਤੀ ਦੇ ਨਾਲ ਮੇਲ ਤਦ ਹੀ ਹੋਵੇਗਾ ਜਦੋਂ ਤੱਕ ਤੁਹਾਡਾ ਮਨ ਸ਼ਾਂਤ ਹੈ, ਤੁਸੀਂ ਉਸ ਪਰਮਾਤਮਾ ਦੀ ਗੋਦ ਦੇ ਵਿੱਚ ਬੈਠ ਸਕਦੇ ਹੋ, ਤੁਸੀਂ ਪਰਮਾਤਮਾ ਨੂੰ ਜਾਣ ਸਕਦੇ ਹੋ। ਉਹ ਪਰਮਾਤਮਾ ਹੀ ਕਰਨ ਕਰਾਉਣ ਵਾਲਾ ਹੈ, ਪਰਮਾਤਮਾ ਹੀ ਜਾਣਨ ਵਾਲਾ ਹੈ। ਸੋ ਆਪਣੇ ਊਰਜਾ ਦੇ ਸੰਗ੍ਰਹਿ ਨੂੰ ਇਕੱਠਾ ਕਰਨ ਦੇ ਲਈ ਆਪਣੇ ਧਿਆਨ ਨੂੰ ਜੜ ਚੱਕਰ 'ਤੇ ਲਗਾਓ, ਜੜ ਚੱਕਰ ਤੋਂ ਹੌਲੀ ਹੌਲੀ ਤੁਹਾਡੀ ਊਰਜਾ ਉਤਾਰਨੀ ਆਵੇਗੀ, ਸਹਸਰਾ ਤੱਕ ਪੁੱਜੇਗੀ ਅਤੇ ਸ਼ਿਵ ਦਾ ਸ਼ਕਤੀ ਨਾਲ ਮੇਲ ਹੋ ਜਾਵੇਗਾ। ਇਸ ਸਵਾਸਾਂ ਦੀ ਗਹਿਰਾਈ ਨੂੰ ਹੀ ਸਮਝ ਕੇ ਹੋਵੇਗਾ। ਜਦੋਂ ਤੱਕ ਤੁਸੀਂ ਧਿਆਨ ਦੀ ਸਮਾਧੀ ਵਿੱਚ ਨਹੀਂ ਉਤਰਦੇ, ਸਟੈਪ ਬਾਏ ਸਟੈਪ ਕੁੰਡਲੀਨੀ ਸ਼ਕਤੀ ਨੂੰ ਨਹੀਂ ਸਮਝਦੇ, ਕੁੰਡਲੀਨੀ ਚੱਕਰਾਂ ਨੂੰ ਨਹੀਂ ਸਮਝਦੇ, ਤਦ ਤੱਕ ਤੁਹਾਡਾ ਇੱਕ ਵੀ ਚੱਕਰ ਐਕਟਿਵ ਨਹੀਂ ਹੋਵੇਗਾ। ਤੁਹਾਨੂੰ ਖ਼ਬਰਾਂ
ਸ਼ਰਾਬ, ਚੁਗਲੀ, ਨਿੰਦਿਆ ਸਭ ਛੱਡਣੀ ਪੈਣੀ ਆ, ਬਿਲਕੁਲ ਛੱਡਣਾ ਪੈਣਾ, ਇਹ ਸਭ ਕੁਝ ਛੱਡਣਾ ਪੈਣਾ ਜੇ ਤੁਸੀਂ ਉਸ ਘਰ ਤੱਕ ਪਹੁੰਚਣਾ। ਸੋ ਆਪਣੇ ਆਪ ਦੇ ਮਾਨਸਿਕ ਚੇਤਨਾ 'ਤੇ ਜਾਗਰੂਕ ਕਰਨਾ, ਜਦੋਂ ਤੱਕ ਤੁਸੀਂ ਜਾਗਰੂਕ ਨਹੀਂ ਹੋ ਜਾਂਦੇ ਤਦ ਤੱਕ ਤੁਸੀਂ ਬ੍ਰਹਮ ਦੇ ਵਿੱਚ ਵਲੀਨ ਨਹੀਂ ਹੋ ਸਕਦੇ, ਤਦ ਤੱਕ ਤੁਸੀਂ ਉਸ ਪਰਮਾਤਮਾ ਦੀ ਖੋਜ ਨਹੀਂ ਤੱਕ ਨਹੀਂ ਪੁੱਜ ਸਕਦੇ। ਕੁੰਡਲੀਨੀ ਖੋਜ ਦੀ ਸ਼ੁਰੂਆਤ ਜੜ ਚੱਕਰ ਤੋਂ ਹੀ ਹੋਵੇਗੀ। ਤੁਹਾਨੂੰ ਕੋਈ ਲੱਖ ਕਹੀ ਜਾਵੇ ਤੁਹਾਡਾ ਹਾਰਡ ਚੱਕਰ ਸਟਰੋਂਗ ਆ, ਮਜ਼ਬੂਤ ਆ, ਕਮਜ਼ੋਰ ਆ, ਪਰ ਸਭ ਤੋਂ ਪਹਿਲਾਂ ਜੜ ਚੱਕਰ ਮਜ਼ਬੂਤ ਹੋਣਾ ਜ਼ਰੂਰੀ ਹੈ, ਤੁਹਾਡੀ ਬੁਨਿਆਦ, ਤੁਹਾਡੀ ਨੀਂਹ ਮਜ਼ਬੂਤ ਹੋਣੀ ਜ਼ਰੂਰੀ ਆ, ਫਿਰ ਉੱਪਰਲਾ ਮੈਲ ਖੜਾ ਹੋਊਗਾ। ਸ਼ਿਵ ਦਾ ਸ਼ਕਤੀ ਨਾਲ ਮੇਲ ਤਦ ਹੀ ਹੋਵੇਗਾ ਜਦ ਤੱਕ ਤੁਹਾਡਾ ਜੜ ਚੱਕਰ ਮਜ਼ਬੂਤ ਹੋਵੇਗਾ। ਸੋ ਆਪਣੇ ਊਰਜਾ ਦੇ ਇਸ ਸੰਗ੍ਰਹਿ ਨੂੰ, ਇਸ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਐਵੇਂ ਹੋਰ ਕਿਸੇ ਪੁੱਠੇ ਸਿੱਧੀਆਂ ਚੀਜ਼ਾਂ ਦੇ ਵਿੱਚ ਨਾ ਉਲਝੋ। ਸਿੱਧੀ ਸਿੱਧੀ ਗੱਲ ਆ, ਨਾ ਕੁੰਡਲੀਨੀ 5 ਮਿੰਟ ਵਿੱਚ ਐਕਟਿਵ ਹੋਵੇ, ਨਾ 10 ਮਿੰਟ ਵਿੱਚ ਐਕਟਿਵ ਹੋਵੇ। ਕੁੰਡਲੀਨੀ ਐਕਟਿਵ ਕਰਨ ਦੇ ਲਈ ਲੰਮੀ ਸਾਧਨਾ ਦੀ ਲੋੜ ਹੈ, ਪ੍ਰੋਪਰ ਧਿਆਨ ਦੀ ਜ਼ਰੂਰਤ ਹੈ। ਐਵੇਂ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਸਮਾਂ ਬਰਬਾਦ ਨਾ ਕਰਨਾ। ਆਪਣੇ ਆਪ ਨੂੰ ਪਹਿਲਾਂ ਤਿਆਰ ਕਰੋ, ਸਵਾਸਾਂ ਦੇ ਉੱਤੇ ਧਿਆਨ ਦੇਣ ਦੀ ਵਿਧੀ ਸਿੱਖੋ, ਨਿੱਜ ਦੀ ਪ੍ਰਾਪਤੀ ਦੀ ਵਿਧੀ ਸਿੱਖੋ। ਇਹੀ ਤੁਸੀਂ ਕਰ ਸਕਦੇ ਹੋ ਤਾਂ ਕਰ ਲਵੋ, ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ। ਸੋ ਅੱਜ ਦੇ ਲਈ ਇੰਨਾ ਹੀ, ਇਹੀ ਖੋਜ ਦੀ ਵਿਧੀ ਹੈ, ਹੋਰ ਕੋਈ ਦੂਸਰੀ ਵਿਧੀ ਨਹੀਂ। ਸੋ ਪਰਮ ਪਿਤਾ ਪਰਮੇਸ਼ਵਰ ਨੂੰ ਜਾਣਨ ਦੇ ਲਈ, ਉਸ ਘਰ ਤੱਕ ਪੁੱਜਣ ਦੇ ਲਈ ਆਪਣੇ ਆਪ ਨੂੰ ਜਾਗਰੂਕ ਕਰੋ, ਆਪਣੀ ਚੇਤਨਾ ਨੂੰ ਜਾਗਰੂਕ ਕਰੋ, ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਜਾਗਰੂਕ ਕਰੋ। ਸਵੈ ਭਰੋਸਾ, ਚੇਤਨਾ ਦੇ ਵਿੱਚ ਖਿੜਿਆ ਹੋਇਆ ਮਨ, ਖੁਸ਼ੀਆਂ, ਪ੍ਰੇਮ ਹੋਣਾ ਜ਼ਰੂਰੀ ਆ। ਸੋ ਧੰਨਵਾਦ, ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਸ਼ੇ ਦੇ ਨਾਲ, ਕੁੰਡਲੀਨੀ ਸ਼ਕਤੀ ਦੇ ਲਈ, ਕੁੰਡਲੀਨੀ ਸ਼ਕਤੀ ਦੀ ਜਾਣਕਾਰੀ ਦੇ ਲਈ ਫਿਰ ਕੁਛ ਨਵਾਂ ਲੈ ਕੇ ਆਵਾਂਗੇ। ਧੰਨਵਾਦ।